अजकल चोरों के हौसले दिन प्रति दिन बुलंद होंदे जा रहे ने। चोर बिना किसी डर तो कई वड्डियां वारदातों नूं अंजाम दिंदे ने। हालांकि प्रशासन दे वल्लों अजिहे दोषियों ते नकेल कसण दे लई समय समय ते सख्ती कीती जांदी है, पर यह दोषी दिनों दिन अपने बुलंद हौसले सदका दिन दिहाड़े कई वारदातों नूं अंजाम दिंदे ने। पर हुण असीं तुहाडे नाल इक अजिहा मामला सांझा करन जा रहे हां जिथे चोरां ने चोरी कीता होया बुलट मोटरसाइकिल खुद ही वापस कर दिता। तुसी भी देखो पहला ये वीडियो। दरअसल यह मामला बटाला के कस्बा कादियां का है, जिथों 22 मई को चोरों ने एक कोठी के अंदरों बहुत ही शातर तरीके नाल बुलट मोटरसाइकिल चोरी किया। चोरी कोठी में लगे सीसीटीवी कैमरे में कैद हो गई और इस मगरों खबर मीडिया चली तो बीती देर रात करीब 10 बजे चोर चोरी किए बुलट मोटरसाइकिल खुद ही कोठी का गेट खड़का के गेट के सामने छड़ के फरार हो गए और चोरी की घटना वांग ਇਹ ਘਟਨਾ ਵੀ ਸੀਸੀਟੀਵੀ ਵਿੱਚ ਕੈਦ ਹੋ ਗਈ। 22/5 ਨੂੰ ਆਪਣਾ ਮੋਟਰਸਾਈਕਲ ਸਾਡੇ ਘਰ ਤੋਂ ਲੈ ਗਏ ਹਨ ਜਿਹੜਾ, ਤੇ ਉਹ ਅੱਜ ਮੀਡੀਆ ਦੇ ਦਬਾਅ ਕਾਰਨ ਆਪਣਾ ਉਹ ਕਾਫੀ ਲੋਕਾਂ ਨੇ ਦੇਖਿਆ ਉਹਨੂੰ, ਤੇ ਉਹਦੇ 'ਚ ਵਾਇਰਲ ਹੋਣ ਦੇ ਕਾਰਨ ਅੱਜ ਉਹ ਲੁਟੇਰੇ ਜਿਹੜੇ ਵੀ ਸਨ ਜਿਹੜੇ ਵੀ ਹਨ ਉਹ ਸਾਡੇ ਘਰ ਮੋਟਰਸਾਈਕਲ ਸਾਡਾ ਵਾਪਸ ਦੇ ਗਏ ਨੇ। ਕਿੰਨੇ ਕੁ ਵਜੇ ਲਾ ਕੇ ਗਏ ਨੇ ਮੋਟਰਸਾਈਕਲ ਤੁਹਾਡੇ ਘਰ? ਨੇਅਰਪੋਰਟ ਅਸੀਂ ਪੁਲਿਸ ਸਟੇਸ਼ਨ ਗਏ ਹਾਂ SHO ਸਾਹਿਬ ਨੂੰ ਆਪਣਾ ਉਹਨਾਂ ਨੂੰ ਪੁੱਛਣ ਵੀ ਕੀ ਬਣਿਆ, ਤੇ ਉਹਦੇ ਦਰਾਨੀਆਂ ਹੀ ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ, ਸਾਢੇ 9:45 ਦੇ ਵਿੱਚ ਇਹਨਾਂ ਦਾ ਫੋਨ ਆਇਆ ਮੈਨੂੰ ਵੀ ਆਪਣਾ। ਅਸੀਂ ਜਦੋਂ ਘਰ ਪਹੁੰਚੇ ਹਾਂ ਤਾਂ ਮੇਰੇ ਬ੍ਰਦਰ ਜਾਂ ਸਾਰੇ ਮਹੱਲੇ ਵਾਲੇ ਇੱਥੇ ਉਹਨਾਂ ਦੇ ਮਗਰ ਪਿੱਛੇ ਲੱਗੇ ਹੋਏ ਤੇ ਉਹ ਪੈਲੀਆਂ ਵੱਲ ਨੂੰ ਭੱਜ ਗਏ ਨੇ, ਅਤੇ ਆਪਣਾ ਮੈਂ ਆਪਣਾ ਦੇਖਿਆ ਅਸੀਂ ਵੀ ਗਏ ਹਾਂ ਮਗਰ, ਪਰ ਉਹਨਾਂ ਦਾ ਪਤਾ ਨਹੀਂ ਲੱਗਾ ਵੀ ਕਿੱਧਰ ਭੱਜ ਗਏ ਨੇ। ਉਹਨਾਂ ਦੇ ਬੂਟ ਔਰ ਚੱਪਲਾਂ ਉਹ ਸਾਡੇ ਕੋਲ ਐਜ ਏ ਅਫੈਂਸ ਜੋ ਵੀ ਆਇਆ ਆਪਣਾ ਜਿਸ ਤਰ੍ਹਾਂ ਵੀ ਪੁਲਿਸ ਕਹਿ ਗਈ ਉਹਨਾਂ ਨੂੰ ਪ੍ਰੋਵਾਈਡ ਕਰਾ ਦੇਵਾਂਗੇ, ਉਹ ਚੀਜ਼ਾਂ ਉਹਨਾਂ ਦੀਆਂ ਸਾਡੇ ਕੋਲ। ਅਤੇ ਅਸੀਂ ਇੱਕ ਵਾਰੀ ਫਿਰ ਬਹੁਤ ਧੰਨਵਾਦੀ ਹਾਂ ਮੀਡੀਆ ਦੇ ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ, ਅਤੇ ਸਾਡੀ ਆਪਣਾ ਜਿਸ ਤਰ੍ਹਾਂ ਵੀ ਹੈ ਵੀ ਆਪਣਾ ਫੜੀ ਗਈ ਹੈ, ਬਹੁਤ ਬਹੁਤ ਧੰਨਵਾਦੀ ਹਾਂ। ਨਾਲ ਅਸੀਂ ਇੱਕ ਗੱਲ ਹੋਰ ਵੀ ਮੰਗ ਕਰਦੇ ਹਾਂ ਵੀ ਜਿਹੜੇ ਵੀ ਇਹ ਬੰਦੇ ਨੇ ਜੋ ਵੀ ਸ਼ਰਾਰਤੀ ਅਨਸਰ ਨੇ ਇਹਨਾਂ ਨੂੰ ਆਪਣਾ ਫੜਿਆ ਜਾਵੇ, ਜਿਹੜਾ ਵੀ ਹੋਰ ਵੀ ਕੋਈ ਨੇੜੇ ਇੱਥੇ ਉਹਨਾਂ ਦਾ ਨਾਲ ਦਾ ਕੋਈ ਉਹਨਾਂ ਨੂੰ ਕਿਉਂ ਦੇਣ ਵਾਲਾ ਭੇਤੀ ਬੰਦਾ ਉਹਨੂੰ ਵੀ ਆਪਣਾ ਟਰੇਸ ਕੀਤਾ ਜਾਵੇ ਪ੍ਰਸ਼ਾਸਨ ਤੋਂ ਮੰਗ ਕਰ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ਰੰਗਲਾ TV।